ਜੀ ਅਸਲਾਮ ਅਲੈਕੁਮ ਮੈਂ ਤੁਹਾਡੀ ਭੈਣ ਪੰਜਾਬੀ ਪਠਾਣੀ ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੀ ਆਬਾਦ ਰੱਖੀ ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਤੱਕ ਲੋਕ ਤੁਸੀਂ ਅੱਜ ਮੈਂ ਸਾਡੀ ਵੀਡੀਓ ਦੇ ਨਾਲ ਜੁੜੇ ਰਹਿਣਾ ਵਾਂ ਅਤੇ ਅੱਜ ਮੈਂ ਆਪਣੇ ਭੈਣ ਭਰਾਵਾਂ ਨੂੰ ਅੱਛੇ ਅੱਛੇ ਸੀਨ ਦਿਖਾਵਾਂਗੀ ਦੁੱਧ ਜਿਹੜਾ ਨਾ ਇਹ ਉਬਾਲਿਆ ਇਹਨਾਂ ਫਰਿੱਜ 'ਚ ਰੱਖਦੀ ਹਾਂ ਹੁਣ ਨਾ ਅਸੀਂ ਰਾਤ ਨੂੰ ਨਾ ਫਰਿੱਜ ਚਲਾਉਂਦੇ ਹਾਂ ਦਿਨੇ ਨਾ ਅਸੀਂ ਬੰਦ ਕਰ ਲੈਂਦੇ ਹਾਂ ਸਮਾਨ ਜਿਹੜਾ ਵਾ ਨਾ ਉਹ ਮੈਂ ਸਾਰਾ ਬੰਨ ਲਿਆ ਵਾ ਅਤੇ ਹੁਣ ਨਾ ਚੱਲਦੇ ਹਾਂ ਉੱਥੇ ਦੇ ਜੋ ਸੀਨ ਹੋਣਗੇ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗੇ ਪਹਿਲੇ ਪਾਣੀ ਪੀ ਲਈ ਪਾਣੀ ਮੈਂ ਤਾਂ ਕਰਾਂ ਉਧਰੋਂ ਲੈ ਲਾਂਗੇ ਨਾ ਰਸਤੇ 'ਚ ਬਰਫ਼ ਲੈ ਲੈਂਦੇ ਹਾਂ ਉਹਦੇ ਕੋਲ ਸ਼ਾਪਨ ਇਹ ਨਾ ਮੋਟਰਸਾਈਕਲ ਜਿਹੜਾ ਨਾ ਇਹ ਰਿਹਾਨ ਦੇ ਉਸਤਾਦ ਦਾ ਵਾ ਰਿਹਾਨ ਆਇਆ ਵਾ ਦੁਪਹਿਰ ਦੇ ਰੋਟੀ ਖਾਣ ਅਤੇ ਇਸ ਕਰਕੇ ਨਾ ਇੱਥੇ ਮੋਟਰਸਾਈਕਲ ਇਹ ਵੀ ਖੜ੍ਹਾ ਵਾ ਅਤੇ ਇੱਧਰ ਸਾਡਾ ਆਪਣਾ ਇੱਥੋਂ ਲੈਣ ਲੱਗਿਆ ਜੀ ਡੋਕੇ ਇੱਥੋਂ ਲੈਣ ਲੱਗਿਆ ਜੀ ਬਰਫ਼ ਇਹ ਜਿਹੜੇ ਚਾਵਲ ਆ ਇਹ ਪੱਕ ਗਏ ਆ ਹਨਾ ਹਾਂਜੀ ਇਹ ਤਾਂ ਮਾਸ਼ਾਅੱਲਾ ਇਹ ਫੁੱਲੀਆਂ ਵਾਲੇ ਨਹੀਂ ਹੈਗੇ ਦੂਸਰੇ ਆ ਸੁਪਰ ਆ ਸੁਪਰ ਚਾਵਲ ਆ ਫੁੱਲੇ ਵਾਲੇ ਦੇ ਨਾ ਉਹ ਦੂਸਰਾ ਦਾਣਾ ਛੋਟਾ ਹੁੰਦਾ ਵੱਡਾ ਕਗਨਾ ਬਿਲਾਲ ਖਾਨ ਦੇਖੋ ਜੀ ਪਾਣੀ ਕਿਸ ਤਰ੍ਹਾਂ ਪੀ ਰਹੇ ਆ ਪੀ ਲਓ ਮਾਸ਼ਾਅੱਲਾ ਜੀ ਅੱਜ ਮੌਸਮ ਬੜਾ ਅੱਛਾ ਵਾ ਅਤੇ ਉਧਰ ਤਾਂ ਨਾ ਡਾਕਾ ਕਹਿੰਦਾ ਅਤੇ ਇੱਥੇ ਬੋਰ ਚੱਲਦਾ ਸੀ ਮੈਂ ਕਿਹਾ ਚਲੋ ਇੱਥੋਂ ਪਾਣੀ ਲੈ ਲੈਂਦੇ ਹਾਂ ਅੱਗੇ ਪਤਾ ਨਹੀਂ ਸਾਨੂੰ ਲੱਭਣਾ ਵੀ ਆ ਕਿ ਨਹੀਂ ਅਤੇ ਮੌਸਮ ਬੜਾ ਅੱਛਾ ਹੋ ਗਿਆ ਵਾ ਜਾਂ ਸੀ ਕੂਲਰ ਹੈ ਰਕਾ ਬੇਗਮ ਸਾਹਿਬਾ ਜਗ੍ਹਾ ਲੱਭ ਲਈ ਆ ਅਤੇ ਕਹਿੰਦੇ ਇੱਥੇ ਰੈਸਿਪੀ ਬਣਾਉਂਦੇ ਹਾਂ ਅਤੇ ਜਿਹੜੀ ਵੀ ਰੈਸਿਪੀ ਬਣੀ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਦੇ ਹਾਂ ਅਤੇ ਹਰ ਪਾਸੇ ਲੱਗੀ ਆ ਜੀ ਮੂੰਜੀ ਇੱਧਰ ਕਿਸੇ ਨੇ ਬੀਜੀ ਆ ਤਿਲ ਅਤੇ
ਤੇ ਬਿਲਾਲ ਹੋਰੀ ਉਹ ਜਾ ਰਹੇ ਜੀ ਪਾਣੀ ਲੈਣ ਜੀ। ਸਾਨੂੰ ਨਾ ਪਹਿਲੇ ਹੋਰ ਜਗ੍ਹਾ ਤੇ ਅਸੀਂ ਆਏ ਸੀਗੇ, ਲੇਕਿਨ ਉਹ ਜਗ੍ਹਾ ਨਾ ਸਾਨੂੰ ਪਾਸ ਨਹੀਂ ਆਈ ਤੇ ਅਸੀਂ ਨਾ ਫਿਰ ਆ ਗਏ ਇਸ ਜਗ੍ਹਾ ਤੇ। ਤੇ ਆਹ ਜਗ੍ਹਾ ਵੀ ਬਸ ਸਹੀ ਆ, ਕੁਛ ਗੁਜ਼ਾਰੇ ਦੇ ਮੁਤਾਬਿਕ ਹੈ। ਤੇ ਅਸੀਂ ਨਾ ਫੋਨ ਕੀਤਾ ਸੀ ਬੇਟੀ ਨੂੰ, ਮੈਂ ਕਿਹਾ ਤੁਸੀਂ ਵੀ ਆ ਜਾਣਾ ਉੱਥੇ, ਮੇਰੀ ਬੇਟੀ ਜਿਹੜੀ ਆ ਨਾ ਉਹ ਵੀ ਆ ਗਈ। ਰਸਤੇ 'ਚ ਅਸੀਂ ਮੈਨੂੰ ਲੈ ਲਿਆ ਅਤੇ ਬਿਲਾਲ ਅਤੇ ਬਿਲਾਲ ਦਾ ਕਜ਼ਨ ਨਾ ਗਿਆ ਵਾ ਉੱਥੋਂ, ਨਾ ਬਿਜਲੀ ਲੱਗੀ ਆ ਇੱਥੇ ਨਾਲ ਹੀ ਆ, ਥੋੜ੍ਹੀ ਸਾਡੇ ਤੋਂ ਥੋੜ੍ਹਾ ਦੂਰ ਆ, ਉਹਨਾਂ ਨੂੰ ਭੇਜਿਆ ਮੈਂ ਕਿਹਾ ਪਾਣੀ ਲੈ ਕੇ ਆਓ। ਅਤੇ ਵੈਸੇ ਪੀਣ ਦਾ ਪਾਣੀ ਜਿਹੜਾ ਵਾ ਨਾ ਉਹ ਤਾਂ ਮੈਂ ਕੂਲਰ 'ਚ ਲੈ ਕੇ ਆਈ ਹਾਂ, ਅਤੇ ਜਿਹੜੇ ਆਹ ਚਾਵਲਾਂ ਵਾਸਤੇ ਪਾਣੀ ਆ ਨਾ ਉਹ ਮੈਂ ਕਿਹਾ ਉੱਧਰ ਤੁਸੀਂ ਲੈ ਆਓ। ਅਤੇ ਉਹ ਗਏ ਆ ਪਾਣੀ ਲੈਣ, ਅਤੇ ਮੈਂ ਨਾ ਚਾਵਲ ਜਿਹੜੇ ਆ ਨਾ ਉਹ ਸਾਫ਼ ਕਰ ਲਵਾਂਗੀ। ਵਾਹ ਜੀ ਵਾਹ, ਨੇ ਬੱਚੇ ਪਾਣੀ ਲੈ ਕੇ ਆ ਗਏ ਜੀ। ਹੋਰ ਸਿੱਧਾ ਲੋੜਾ ਸਕਣ ਜੀ। ਬੜੀ ਦੂਰੋਂ ਨਾ ਚਾਵਲ ਧੋ ਕੇ ਆਈ ਹਾਂ, ਹਵਾ ਵੀ ਚੱਲਦੀ ਆ, ਦੇਖੋ ਅੱਜ ਚਾਵਲ ਬਣਦੇ ਆ ਕੀ ਬਣਦਾ। ਚਾਵਲ ਬਣਨਗੇ ਇਨਸ਼ਾਅੱਲਾ, ਖਾ ਕੇ ਹੀ ਜਾਵਾਂਗੇ ਇਨਸ਼ਾਅੱਲਾ ਅੱਜ, ਅੱਲਾ ਖੈਰ ਰੱਖੇ। ਅਸਲ 'ਚ ਜਦੋਂ ਅਸੀਂ ਘਰੋਂ ਤੁਰੇ ਹਾਂ ਨਾ, ਮੌਸਮ ਦਾ ਕੋਈ ਪਤਾ ਨਹੀਂ ਚੱਲਦਾ, ਘਰੋਂ ਤੁਰੇ ਹਾਂ ਨਾ ਅਤੇ ਉਦੋਂ ਹਵਾ ਹੋ ਨਹੀਂ ਸੀ, ਇੱਥੇ ਆਏ ਹਾਂ ਨਾ ਅਤੇ ਬੱਦਲ ਵੀ ਆ ਗਏ ਆ, ਅਤੇ ਹਵਾ ਜਿਹੜੀ ਆ ਨਾ ਇਹ ਵੀ ਬੜੀ ਚੱਲਦੀ ਆ। ਦੇਖੋ ਚੈੱਕ ਕਰੋ ਹਵਾ ਕਿੰਨੀ ਹਵਾ ਵਾ, ਇਹ ਨਾ ਉੱਥੇ ਹਵਾ ਬੜੀ ਚੱਲਦੀ ਸੀਗੀ। ਅਤੇ ਇਹ ਜਿਹੜੀ ਜਗ੍ਹਾ ਵਾ ਨਾ ਇਹ ਪਹਿਲੇ ਦੀ ਬਣੀ ਸੀ, ਆ ਨੁਕਰਾਂ ਜਿਹੜੀਆਂ ਨਾ ਇਹ ਮੈਂ ਸੈੱਟ ਕਰਕੇ ਨਾ ਅਤੇ ਸਿਲੰਡਰ ਮੈਂ ਇੱਥੇ ਰੱਖ ਲੈਂਦੇ ਹਾਂ, ਅਤੇ ਫਿਰ ਨਾ ਪਤਾ ਹਵਾ ਘੱਟ ਲੱਗੇ ਇੱਥੇ। ਹਾਂਜੀ ਜਾਦੂ ਕਰ ਜਾਦੂ ਕਰ।
ਇੱਥੇ ਠੀਕ ਆ, ਹਵਾ ਘੱਟ ਲੱਗੂਗੀ ਨਾ ਇੱਥੇ। ਜੀ ਚਾਵਲ ਜਿਹੜੇ ਆ ਨਾ ਇੱਕ ਇਹਦੇ ਪਰਾਤ ਦੇ ਵਿੱਚ ਕੱਢਾਂਗੀ ਤੇ ਫਿਰ ਨਾ ਤਿਆਰ ਕਰਾਂਗੀ ਚਸ। ਤਿਆਰ ਕਰੇਗੀ ਚਸ ਸਾਡੇ ਸੀ, ਖਾ ਕੇ ਸੌ ਜਾਏਗੀ ਸਾਡੀ ਬਸ। ਇੱਧਰ ਕਊਆ ਵੀ ਬੋਲ ਰਿਹਾ ਵਾ, ਮਾਸ਼ਾਅੱਲਾ ਬਾਦਲ ਫਿਰ ਛਾ ਗਏ ਹੈ। ਬਸ ਕਰ, ਬਹੁਤ ਕਿਲੋ ਦਾ ਪਾ ਲਿਆ ਵਾ ਚਾਵਲ ਵੀ ਤਾਂ ਦੇਖ ਲੈ ਫਿਰ ਇਹਦਾ ਇਲਾਜ ਹੈਗਾ ਵਾ, ਬਹੁਤ ਇਲਾਜ ਹੈਗਾ ਵਾ, ਫਿਰ ਇਹਨੂੰ ਅਸੀਂ ਖਾ ਪੀ ਜਾਵਾਂਗੇ। ਜੀ ਇਹਦਾ ਨਾ ਹੁਣ ਮੈਂ ਚਸ ਤਿਆਰ ਕਰਾਂਗੀ, ਗੁੜ ਪਾ ਲਿਆ ਵਾ ਤੇ ਨਾਲ ਮੈਂ ਪਾਣੀ ਪਾਇਆ, ਇਹਨੂੰ ਫਿਰ ਰੱਖਾਂਗੀ ਚੁੱਲ੍ਹੇ ਦੇ ਉੱਪਰ। ਡੱਬੀ ਉਧਰ ਹੀ ਹੋਣੀ ਆ, ਬੈਕ ਸਾਈਡ ਤੇ ਦੇਖ ਜੀ। ਮਾਸ਼ਾਅੱਲਾ ਐਡ ਕਰਨਾ ਇਹਦੇ ਵਿੱਚ ਮੈਂ ਤਿੰਨ ਕਲਾਚੀਆਂ ਪਾਈਆਂ ਤੇ ਨਾਲ ਨਾ ਸੌਂਫ ਪਾਈ ਆ, ਕਿਉਂ ਇਹ ਜਿਹੜੇ ਗੁੜ ਵਾਲੇ ਚਾਵਲ ਹੁੰਦੇ ਆ ਨਾ ਇਹ ਸੌਂਫ ਤੋਂ ਬਗੈਰ ਤਾਂ ਬਿਲਕੁਲ ਹੀ ਨਹੀਂ ਮਜ਼ੇ ਲੱਗਦੇ ਆ, ਤੇ ਇਹਦੇ ਵਿੱਚ ਘਿਓ ਪਾਵਾਂਗੀ ਹੁਣ। ਜਗ੍ਹਾ ਜਿਹੜੀ ਆ ਨਾ ਉਹ ਹੈਗੀ ਆ ਤੰਗ ਤੇ ਥੋੜ੍ਹੀ ਮੁਸ਼ਕਿਲ ਮੇਰੇ ਵਾਸਤੇ ਨਾ ਹੋ ਰਹੀ ਆ, ਤੇ ਇਹਦੇ ਵਿੱਚ ਨਾ ਚਸ ਜਿਹੜੀ ਆ ਨਾ ਤਿਆਰ ਹੋ ਗਈ ਆ, ਇਹਦੇ ਵਿੱਚ ਹੁਣ ਪਾਵਾਂਗੀ ਚਾਵਲ। ਮੈਂ ਆਪਣੀ ਬੇਟੀ ਕੋਲ ਦੇਚਕੀ ਮੰਗਾਈ ਸੀ, ਮੈਂ ਆਖਿਆ ਦੇਚਕੀ ਲੈ ਕੇ ਆਏ ਨਾ, ਦੇਚਕੀ ਛੋਟੀ ਲੈ ਕੇ ਆਈ ਆ ਤੇ ਚਾਵਲ ਹੈਗੇ ਜ਼ਿਆਦੇ।
ਚਾਵਲਾਂ ਨੂੰ ਨਾ ਮੈਂ ਦਮ ਲਾਤਾ ਵਾ ਅਤੇ ਇਹਨੂੰ ਨਾ ਰੱਖਦੀ ਹਾਂ ਉੱਪਰ ਚੁੱਲ੍ਹੇ 'ਤੇ। ਇਹ ਵੀ ਸਰਫੇ ਦਾ ਗੈਸ ਹੈ, ਇਸਦਾ ਸਰਫਾ ਕਰਨਾ ਪੈਂਦਾ ਵਾ। ਇਹਨੂੰ ਮੈਂ ਨਾ ਚਾਵਲਾਂ ਨੂੰ ਦਮ ਮੈਂ ਲਾਤਾ ਅਤੇ ਹੁਣ ਨਾ ਮੈਂ ਕੱਟਾਂਗੀ ਪਿਆਜ਼। ਇੱਕ ਤਾਂ ਹਵਾ ਚੱਲਦੀ ਹੈ, ਦੁਪੱਟਾ ਨਹੀਂ ਰਹਿ। ਤੁਸੀਂ ਕਹਿੰਦੇ ਹੋਣੇ ਆ ਵੀ ਗੁੜ ਦੇ ਚਾਵਲ ਦੇ ਵਿੱਚ ਨਾ ਪਿਆਜ਼ ਦਾ ਕੀ ਕੰਮ ਆ। ਕਈ ਲੋਕ ਦੂਸਰਾ ਇਹਦਾ ਤੁੜਕਾ ਜਿਹੜਾ ਵਾ ਨਾ ਲਾਉਂਦੇ ਆ, ਕਈ ਲੋਕ ਨਹੀਂ ਪਸੰਦ ਕਰਦੇ, ਲੇਕਿਨ ਅਸੀਂ ਪਸੰਦ ਕਰਦੇ ਹਾਂ। ਬੜੇ ਮਜ਼ੇ ਦੇ ਬਣਦੇ ਆ ਚਾਵਲ, ਅਤੇ ਇਹਦਾ ਤੁੜਕਾ ਲਾਵਾਂਗੇ। ਜੀ ਮਾਸ਼ਾਅੱਲਾ, ਚਾਵਲਾਂ ਨੂੰ ਨਾ ਦਮ ਆਇਆ ਵਾ ਅਤੇ ਇਹਨਾਂ ਮੈਂ ਹਜੇ ਦਮ ਲਾਇਆ ਕੋਈ ਨਹੀਂ, ਅਤੇ ਇੱਧਰ ਨਾ ਪਿਆਜ਼ ਜਿਹੜਾ ਵਾ ਨਾ ਉਹ ਉੱਪਰ ਰੱਖ ਲਿਆ, ਪੁਰਾਣਾ ਹੋ ਗਿਆ ਥੋੜ੍ਹਾ, ਅਤੇ ਇੱਧਰ ਨਾ ਕੀੜੀਆਂ ਦੇਖੋ ਕਿੰਨੀਆਂ ਨਿਕਲੀਆਂ, ਇਸ ਕਰਕੇ ਮੈਂ ਖੜ੍ਹੀ ਹੋ ਗਈ। ਮੈਨੂੰ ਕੀੜੀਆਂ ਤੂੰ ਨਾ, ਵੈਸੇ ਵੀ ਇਹ ਬੜੀਆਂ ਤੇਜ਼ ਕੀੜੀਆਂ ਵਾ। ਮਾਸ਼ਾਅੱਲਾ, ਤੁੜਕਾ ਮੈਂ ਲਾ ਲਿਆ, ਇਹਨੂੰ ਉਹਨਾਂ ਨੂੰ ਹੁਣ ਮਿਕਸ ਕਰਾਂਗੇ। ਵਾਹ ਵਾਹ ਮਾਸ਼ਾਅੱਲਾ, ਇਹਨਾਂ ਦੀ ਖੁਸ਼ਬੂ ਚੈੱਕ ਕਰੋ, ਖੁਸ਼ਬੂ ਇਹਦੀ ਕੀ ਹੈ। ਬਾਰੋਂ ਰਗਲੋ ਬਾਰੋਂ, ਯੇ ਮੌਸਮ ਯੇ ਮਸਤ ਨਜ਼ਾਰੇ, ਪਿਆਰ ਕਰੋ ਤੋ ਹਮਸੇ ਕਰੋ। ਬਾਰਿਸ਼ ਵੀ ਆ ਗਈ ਹੈ, ਚਾਵਲ ਵੀ ਤਿਆਰ ਹੋ ਗਏ ਤੇ ਬਾਰਿਸ਼ ਵੀ ਆ ਗਈ। ਮੈਨੂੰ ਲੱਗਦਾ ਚਾਵਲ ਖਾ ਲੈਂਦੇ ਹਾਂ ਜਲਦੀ ਜਲਦੀ ਦੇ ਵਿੱਚ। ਚੌਲ ਤੋ ਹਮ ਖਾਏਂਗੇ, ਛੁਣੇਗੇ ਨਹੀਂ, ਚਾਹੇ ਬਾਰਿਸ਼ ਜ਼ਿਆਦਾ ਹੋ ਜਾਏ ਭਾਵੇਂ ਕੰਮ ਆ ਜਾਏ। ਜੀ ਮਾਸ਼ਾਅੱਲਾ, ਹਮਾਰਾ ਯੇ ਮਹਿਮਾਨ ਜੋ ਹੈ ਨਾ, ਯੇ ਕਹਤਾ ਹੈ ਹਮ ਚੌਲ ਖਾ ਕੇ ਜਾਏਂਗੇ। ਕਿਉਂ ਨਹੀਂ, ਤੇ ਬੈਠੋ। ਜਗ੍ਹਾ ਅਸੀਂ ਚੇਂਜ ਇਸ ਕਰਕੇ ਕਰ ਲਈ, ਉੱਥੇ ਧੁੱਪ ਜਾ ਗਈ ਸੀਗੀ, ਹੁਣ ਤਾਂ ਛਾਂ ਹੈਗੀ, ਲੇਕਿਨ ਉੱਥੇ ਕੀੜੀਆਂ ਜ਼ਿਆਦੀਆਂ ਸੀ। ਬਿਸਮਿਲ੍ਲਾਹ ਰਹਿਮਾਨ ਰਹੀਮ। ਦਸਤਰ ਕੁੰਡਲ ਰੁਕਿਆ ਕੀੜੀ ਜੀ ਨਨ ਮੋ ਲੁੱਸੋ ਸਾਰਾ ਦੇ। ਜੀ ਮਾਸ਼ਾਅੱਲਾ, ਜਿਨ੍ਹਾਂ ਨੇ ਸਾਡੇ ਨਾਲ ਗੁੜ ਵਾਲੇ ਪਿਆਜ਼ ਵਾਲੇ ਤੁੜਕੇ ਵਾਲੇ ਚਾਵਲ ਗੁੜ ਵਾਲੇ ਖਾਣੇ ਆ ਅਤੇ ਆਣ ਕੇ ਸਾਡੇ ਨਾਲ ਖਾ ਸਕਦੇ ਆ, ਅਤੇ ਮਾਸ਼ਾਅੱਲਾ ਬੜੀ ਅੱਛੀ ਖੁਸ਼ਬੂ ਆ, ਅਤੇ ਦੂਸਰਾ ਪਠਾਣਾ ਨਾਲ ਮਿਲ ਕੇ ਜੇ ਖਾਣੇ ਆ ਅਤੇ ਅੱਜ ਅਸੀਂ ਅੜਕੋ ਛੀ ਨਹੀਂ। ਜੀ ਮਾਸ਼ਾਅੱਲਾ, ਅਸੀਂ ਨਾ ਚਾਵਲ ਬਣਾ ਕੇ ਖਾ ਕੇ ਨਾ ਅਤੇ ਹੁਣ ਅਸੀਂ ਚੱਲੇ ਹਾਂ
ਘਰ ਨੂੰ, ਪਹਿਲੇ ਬੇਟੀ ਨੂੰ ਘਰ ਛੱਡ ਕੇ ਅਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਘਰ ਨੂੰ। ਅਤੇ ਅੱਜ ਨਾ ਸਿਲੰਡਰ ਜਿਹੜਾ ਵਾ ਨਾ ਸਾਡਾ ਜ਼ਿਆਦਾ ਹੀ ਇਸਤੇਮਾਲ ਹੋ ਗਿਆ ਵਾ, ਕਿਉਂ ਹਵਾ ਚੱਲਦੀ ਸੀ ਨਾ, ਇਸ ਕਰਕੇ ਹਵਾ ਨਾ ਹੁੰਦੀ ਤਾਂ ਫਿਰ ਨਾ ਇੰਨਾ ਜ਼ਾਇਆ ਨਹੀਂ ਸੀ ਹੋਣਾ। ਪਸੰਦ ਆਇਆ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦੇ ਇਜਾਜ਼ਤ, ਅੱਲਾ ਹਾਫਿਜ਼। ਸਮਾਨ ਟੰਗ ਦੇ ਨਾਲ ਆ ਸਿਲੰਡਰ ਹੀ ਆ ਟੰਗਣ ਬਾਤ ਚਾਵਲ ਆ। ਚਲੋ।